जिला गुरदासपुर के पंचायत भवन में ट्रक यूनियन के टेंडर को लेकर ट्रक यूनियन के सदस्यों ने जमकर हंगामा किया। यूनियन के सदस्यों का कहना है कि ट्रक यूनियन गुरदासपुर ने साल 2017 से 2018 के टेंडर भरे थे, मगर जिला फूड सप्लाई कंट्रोलर एपी सिंह के साथ ट्रक ऑपरेटरों ने 30 मार्च 2017 को कहा कि ट्रक यूनियन के लेटर पैड और अन्य दस्तावेज चोरी कर कई पार्टियों ने ट्रक यूनियन के लेटर पैड इस्तेमाल करते हुए धोखे से टेंडर अपने नाम पर करवाने की कोशिश की है, जिसके खिलाफ उनकी ओर से सबूत देने के बावजूद भी जिला फूड सप्लाई कंट्रोलर एपी सिंह ने दोषियों के खिलाफ कोई कार्रवाई नहीं की, गलत तरीके से अपने चहेतों को ही टेंडर दे रहे हैं। यूनियन के सदस्यों ने डीसी अमित कुमार के आगे मांग रखी है कि दस्तावेज की जांच की जाए और जिला फूड सप्लाई कंट्रोलर एपी सिंह का तबादला किया जाए, और अगर उनकी मांगे नहीं मानी गई तो वो पूरे शहर में धरना देंगे। वहीं इस संबंध में जिला फूड सप्लाई कंट्रोलर एपी सिंह से बात की गई तो उन्होंने सारे दोषों को बेबुनियाद बताया। गुरदासपुर के 15 क्लस्टरों के टेंडर पाए गए हैं ट्रांसपोर्टेशन दे, जिदे विचों के 9 दे असी जिहड़ियां बिडा वैल्यू जावां, 6 दियां बिडा दी वैल्यूएशन हजे कंप्लीट नहीं हुई सी जदों इन्हां ने रौला पाया। इन्हां दा जिहड़ा क्लस्टर है गुरदासपुर क्लस्टर, उहदी हले भी जिहड़ी वैल्यूएशन आ ਉਹ ਚੱਲ ਰਹੀ ਹੈ, ਉਹ ਅਵੈਲਿਊਏਸ਼ਨ ਸਾਡੇ ਵੱਲੋਂ ਫਾਈਨਲ ਨਹੀਂ ਕੀਤੀ ਗਈ। ਇਹਨਾਂ ਦਾ ਟੈਂਡਰ ਕੋਈ ਫਾਈਨਲ ਨਹੀਂ ਹੋਇਆ, ਪਹਿਲਾਂ ਹੀ ਜਾਣ ਬੁੱਝ ਕੇ ਪ੍ਰੈਸ਼ਰ ਟੈਕਸ ਪਾਉਣ ਦੇ ਲਈ ਸਾਡੇ ਪ੍ਰੈਸ਼ਰ ਪਾਉਣ ਦੇ ਲਈ ਇਹਨਾਂ ਨੇ ਡਰਾਮਾ ਕੀਤਾ ਗਿਆ। ਇਹਨਾਂ ਵੱਲੋਂ ਮੇਰੇ ਵੱਲੋਂ ਇਹਨਾਂ ਦਾ ਹਜੇ ਇਹਨਾਂ ਦੀ ਕਲੱਸਟਰ ਟੈਂਡਰ ਨਹੀਂ ਫਾਈਨਲ ਕੀਤਾ ਗਿਆ। ਕਮੇਟੀ ਹਲੇ ਵੀ ਉਵੇਂ ਸਟੈਂਡ ਕਰ ਰਹੀ ਹੈ। 15 ਦੇ ਵਿੱਚੋਂ 9 ਕਲੱਸਟਰ ਦਾ ਟੈਂਡਰ ਹੋਇਆ, ਉਹ ਵੀ ਟੈਕਨੀਕਲ ਬਿੱਡਾਂ ਵੈਲੂਏਟ ਹੋਈਆਂ ਨੇ, ਫਾਈਨੈਂਸ਼ੀਅਲ ਉਹਨਾਂ ਦੀਆਂ ਵੀ ਖੋਲੀਆਂ ਨਹੀਂ ਗਈਆਂ। ਇਹ ਬਿਲਕੁਲ ਸ਼ਰੇਆਮ ਝੂਠ ਕੀਤਾ ਜਾ ਰਿਹਾ, ਕੰਪਿਊਟਰ ਦੇ ਉੱਤੇ ਸਭ ਦੇਖਿਆ ਜਾ ਸਕਦਾ ਹੈ। ਵੇਲੇ ਹਜੇ ਫਾਈਨੈਂਸ਼ੀਅਲ ਬਿੱਡਾਂ ਨਹੀਂ ਖੋਲੀਆਂ ਜਾ ਰਹੀਆਂ, ਫਾਈਨੈਂਸ਼ੀਅਲ ਬਿੱਡਾਂ ਖੋਲਣ ਤੋਂ ਪਹਿਲਾਂ ਇਹ ਦੱਸਣਾ ਪੋਸੀਬਲ ਨਹੀਂ ਹੈ ਕਿ ਟੈਂਡਰ ਕਿਸ ਨੂੰ ਦਿੱਤਾ ਗਿਆ ਹੈ। ਇਹਨਾਂ ਨੇ ਜਿਹੜਾ ਇਲਜ਼ਾਮ ਆਇਆ ਹੈ ਵੀ ਹਾਂ ਇਸ ਟੈਂਡਰ ਦਿੱਤਾ ਗਿਆ ਹੈ, ਬਿਲਕੁਲ ਹਜੇ ਵੀ ਫਾਈਨੈਂਸ਼ੀਅਲ ਬਿੱਡਾਂ ਸਾਨੂੰ ਕੁਛ ਨਹੀਂ ਪਤਾ ਕਿਹਦਾ ਕੀ ਰੇਟ ਰਿਹਾ ਹੋਇਆ। ਇਹਨਾਂ ਨੇ ਇੱਕ ਬੰਦੇ ਨੂੰ ਇਹਨਾਂ ਨੇ ਐਡ ਕੀਤਾ ਹੈ, ਇੱਕ ਸਰਕਾਰ ਦੇ ਨਾਲ ਐਗਰੀਮੈਂਟ ਕੀਤਾ ਹੈ। ਇਹਨਾਂ ਨੇ ਹਲੇ ਸਾਨੂੰ ਅੱਜ ਲਿਖ ਕੇ ਦਿੱਤਾ ਵੀ ਇਹ ਟੈਂਡਰ ਕਰਦਾ ਜਿਹੜਾ ਐਗਰੀਮੈਂਟ ਆ ਉਹਦਾ ਸਮਝਾ ਨਾ ਜਾਵੇ। ਉਸ ਚੀਜ਼ ਦੀ ਜਦੋਂ ਹੁਣ ਸਾਡੇ ਕੋਲ ਆਇਆ ਉਹਦੀ ਹੁਣ ਅਸੀਂ ਕਾਰਵਾਈ ਕਰ ਰਹੇ, ਉਸ ਚੀਜ਼ ਅਸੀਂ ਉਹਨੇ ਅਪਲੋਡ ਕੀਤਾ ਹੈ ਉਹ ਐਗਰੀਮੈਂਟ, ਉਸ ਐਗਰੀਮੈਂਟ ਨੂੰ ਅਪਲੋਡਡ ਹੈ ਜੋ ਐਗਰੀਮੈਂਟ, ਉਹਨੂੰ ਅਸੀਂ ਨਕਾਰ ਨਹੀਂ ਸਕਦੇ ਜਿੰਨੀ ਦੇਰ ਤੱਕ ਉਹਦੀ ਪ੍ਰੋਪਰ ਅਸੀਂ ਵੈਰੀਫਿਕੇਸ਼ਨ ਨਹੀਂ ਕਰ ਸਕਦੇ। ਇਹ ਇਹਨਾਂ ਦੇ ਇਲਜ਼ਾਮ, ਇਹਨਾਂ ਦਾ ਸਿੱਧਾ ਇਲਜ਼ਾਮ ਸਾਡੇ ਟੈਂਡਰ ਕਮੇਟੀ 'ਤੇ ਇਹ ਲਾਇਆ ਗਿਆ ਕਿ ਟੈਂਡਰ ਦੇ ਦਿੱਤਾ ਗਿਆ ਹੈ, ਬਟ ਫਾਈਨੈਂਸ਼ੀਅਲ ਬਿੱਡਾਂ ਹਲੇ ਵੀ ਖੋਲੀਆਂ ਬਾਕੀ ਹਨ। ਕੁਝ ਇਹ ਆ ਜੀ, ਕੁਝ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੇ ਕੋਲ ਕੋਈ ਟਰੱਕ ਨਹੀਂ ਆ, ਕੋਈ ਉਹਨਾਂ ਕੋਲ ਵਹੀਕਲ ਨਹੀਂ ਆ, ਉਹਨਾਂ ਨੂੰ ਪੈਸੇ ਲੈ ਕੇ ਇਹ ਟੈਂਡਰ ਦੇ ਦਿੰਦਾ, ਜਿਹੜਾ ਕਿ ਕਾਨੂੰਨੀ ਗੈਰ ਕਾਨੂੰਨੀ ਆ। ਇਹ ਬਹੁਤ ਕਰਪਟ ਆਦਮੀ ਆ, ਇਹਦੇ ਖਿਲਾਫ਼ ਪਹਿਲੇ ਵੀ ਇੱਕ ਡੀਸੀ ਸਾਹਿਬ ਦੀ ਇਨਕੁਆਇਰੀ ਚੱਲ ਰਹੀ ਆ ਕਰਪਸ਼ਨ ਦੀ ਅਤੇ ਗਲਤ ਟੈਂਡਰ ਕਰਨ ਦੀ ਪਿਛਲੇ ਸਾਲ ਦੀ। ਸਾਡੇ ਕੋਲ 5 ਲੱਖ ਰੁਪਈਆ ਆਪਾਂ ਸਟੇਸ਼ਨ ਦਾ ਮੰਗਦਾ ਇੱਕ ਟੈਂਡਰ ਦਾ, ਆਪਣੀ ਕੋਠੀ ਦੇ ਵਿੱਚ ਇਹਨੇ ਇਸ ਟਾਈਮ ਵੀ 2 ਬੰਦੇ ਏਜੰਟ ਬਿਠਾ ਲਏ ਨੇ, ਜਿਹੜਾ ਬੰਦਾ ਉੱਥੇ 5 ਲੱਖ ਦੇ ਆਉਂਦਾ ਉਹ ਟੈਂਡਰ ਦੀ ਜੈਸ ਕਰਾ ਲਓ ਆ ਕੇ। ਸਾਡੇ ਕੋਲ ਨਾ 5 ਲੱਖ ਹੈਗਾ ਅਤੇ ਨਾ ਹੀ ਇਹਨੂੰ ਦੇਣਾ। ਜਿਹੜੇ ਇਹਦੇ ਆਪਣੇ ਬੰਦੇ ਹੈਗੇ ਆ ਉਹਨਾਂ ਨੂੰ ਕਹਿ ਕੇ ਇਹਨੇ JNDK ਦੀ ਆਰਸੀਆ ਲਾਈ ਆ, ਆਰਸੀਆ ਲੈ ਕੇ ਟਰੱਕ ਯੂਨੀਅਨ ਦੇ ਕਾਗਜ਼ ਬਣਾ ਕੇ ਡੁਪਲੀਕੇਟ ਸਾਡੇ ਕਾਗਜ਼ ਲਾ ਕੇ ਉਹਨਾਂ ਦੇ ਫਾਰਮੈਲਿਟੀਆਂ ਸਾਡੇ ਲੈ ਕੇ ਪੂਰੇ ਕਰਦਾ ਪਿਆ, ਸਾਡੇ ਸ਼ਹਿਰ ਦੇ ਵਿੱਚ ਲੈ ਕੇ ਉਹਨਾਂ ਕੋਲ ਟੈਂਡਰ ਪਾਸ ਕਰ ਰਿਹਾ। ਸਾਡੇ ਸ਼ਹਿਰ ਦੇ ਵਿੱਚ ਇੱਕ ਸੁਰਿੰਦਰ ਮਹਾਜਨ ਨਾਂ ਦਾ ਇੱਕ ਆਦਮੀ ਆ ਜੋ ਖਾਦ ਦਾ ਕੰਮ ਕਰਦਾ, ਉਹ ਪਹਿਲੇ ਜਿਹੜਾ ਦੇਸ਼ ਪ੍ਰਤਾਪ ਕਹਿ ਰਿਹਾ ਨਾ ਉਹਦੀਆਂ ਇਹ ਦਵਾਈਆਂ ਵੇਚਦਾ ਵਾ, ਉਹਦਾ ਕਰਿੰਦਾ ਹੈ। ਇਹ ਜਿਹੜਾ ਏਪੀ ਸਿੰਘ ਆ ਦੇਸ਼ ਪ੍ਰਤਾਪ ਕੈਰੋਂ ਦੇ ਟਾਈਮ ਦਾ ਵਾ, ਪਿਛਲੇ ਸਾਲ ਵੀ ਸਾਡੇ ਕੋਲ ਇਹਨੇ 65 ਲੱਖ ਰੁਪਈਆ ਕੈਰੋਂ ਦੇ ਨਾਂ 'ਤੇ ਲਿਆ। ਇਹ ਹੁਣ ਵੀ ਇਹਨੂੰ ਭੈੜੀਆਂ ਆਦਤਾਂ ਪਈਆਂ ਨੇ, ਹੁਣ ਵੀ ਪੈਸੇ ਮੰਗਦਾ, ਲੇਕਿਨ ਕੈਪਟਨ ਦੀ ਸਰਕਾਰ ਜੇ 1 ਰੁਪਈਆ ਰਿਸ਼ਵਤ ਦੇ ਕੇ ਕੰਮ ਨਹੀਂ ਲੈਣਾ ਚਾਹੁੰਦਾ। ਤੁਹਾਡੀ ਕੀ ਮੰਗ ਆ ਇਹਦੇ ਖਿਲਾਫ਼? ਸਾਡੀ ਇਹ ਮੰਗ ਆ ਇਹ ਬੰਦੇ ਦੇ ਖਿਲਾਫ਼ ਇੱਕ ਇਹਨੂੰ ਬਦਲੀ ਕੀਤਾ ਜਾਵੇ, ਜਿੰਨੀ ਦੇਰ ਤੱਕ ਇਹ ਆਪਣੀ ਸੀਟ 'ਤੇ ਬੈਠਾ ਵਾ ਕੋਈ ਜ਼ਿਲ੍ਹੇ ਦਾ ਟੈਂਡਰ ਨਹੀਂ ਅਸੀਂ ਪਾਵਾਂਗੇ, ਨਾ ਕਿ ਇਹਨੂੰ ਪਾਉਣ ਦੇਵਾਂਗੇ। ਇਸ ਬੰਦੇ ਦੇ ਖਿਲਾਫ਼ ਜੋ ਬਣਦੀ ਕਾਰਵਾਈ ਮਹਿਕਮਾ ਕਰੇ,
ਇਹਦੀ ਕਾਨੂੰਨੀ ਕਾਰਵਾਈ ਦੇ ਖਿਲਾਫ ਹੋਣੀ ਉਹ ਜਿਹੜੇ ਡੁਪਲੀਕੇਟ ਕਾਗਜ਼ ਲਾਏ ਨੇ ਆ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਇਹਨਾਂ ਦੇ ਡੁਪਲੀਕੇਟ ਕਾਗਜ਼ ਲਾਉਣ ਵਾਲਿਆਂ ਤੇ ਐਕਸ਼ਨ ਕੀਤਾ ਜਾਵੇ ਜੇ ਕੋਈ ਨਹੀਂ ਕਾਰਵਾਈ ਤੁਹਾਡੇ ਵੱਲ ਕੀਤਾ ਜਾਊਗਾ ਸਾਡੇ ਕੋਲ ਟਰੱਕ ਯੂਨੀਅਨ ਦਾ 400 ਟਰੱਕ ਆ ਸਾਡੀ ਨਾ ਸਾਡੀ ਕਿਸੇ ਅਫਸਰ ਨੇ ਗੱਲ ਸੁਣੀ ਆਪਾਂ ਕੁਝ ਦਿਨ ਸਲਾਹ ਕਰਕੇ ਆਪਣੇ ਮੈਂਬਰਾਂ ਦੇ ਨਾਲ ਤੇ ਪੂਰੇ ਸ਼ਹਿਰ ਦਾ ਘਰਾਓ ਕਰਾਂਗੇ ਟਰੱਕਾਂ ਦਾ ਜਾਮ ਲਾਵਾਂਗੇ।